ਮਜ਼ਦੂਰ ਯੂਨੀਅਨਾਂ ਵੱਲੋਂ ਨਾਜਾਇਜ਼ ਮੰਗਾਂ ਕਰਕੇ ਮਜ਼ਦੂਰਾਂ ਨੂੰ ਭੜਕਾ ਕੇ ਹੜਤਾਲ ਕਰਵਾਉਣ ਅਤੇ ਮਜ਼ਦੂਰ ਜੋ ਕੰਮ ਕਰਦੇ ਨੇ ਉਹਨਾਂ ਨੂੰ ਕੰਮ ਤੋਂ ਰੋਕਣ ਉੱਤੇ ਇੱਟ ਭੱਠਾ ਮਾਲਕਾਂ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ। ਭੱਠਾ ਮਾਲਕਾਂ ਦੇ ਮੁਤਾਬਕ ਕੁਝ ਯੂਨੀਅਨ ਆਗੂ ਜਾਣਬੁੱਝ ਕੇ ਭੱਠਾ ਮਾਲਕਾਂ ਨੂੰ ਪਰੇਸ਼ਾਨ ਕਰ ਰਹੇ ਨੇ। ਇੰਨਾ ਹੀ ਨਹੀਂ, ਜੋ ਮਜ਼ਦੂਰ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਧਮਕਾਇਆ ਜਾ ਰਿਹਾ, ਜਿਸ ਕਰਕੇ ਉਹਨਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ। ਉਹਨਾਂ ਮੁਤਾਬਕ 15 ਅਗਸਤ ਦੇ ਬਾਅਦ ਫਿਰ ਤੋਂ ਇੱਟ ਭੱਠਿਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ, ਜਿਸ ਕਰਕੇ ਉਹਨਾਂ ਪਹਿਲਾਂ ਹੀ ਡੀਸੀ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ। ਡੀਸੀ ਰਵੀ ਭਗਤ ਨੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਨੇ। ਹੁਣ ਫਿਰ ਸਾਡਾ ਸੀਜ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ 15 ਅਗਸਤ ਤੋਂ ਬਾਅਦ, ਅਸੀਂ ਡੀ ਸੀ ਸਾਹਿਬ ਨੂੰ ਅੱਜ ਇਹ ਬੇਨਤੀ ਕਰਨ ਆਏ ਹਾਂ ਕਿ ਜਿਹੜੀ ਲੇਬਰ ਕੰਮ ਕਰਨਾ ਚਾਹੁੰਦੀ ਆ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਜਿਹੜੀ ਗੈਰ ਕਾਨੂੰਨੀ ਮੰਗ ਹੈ ਭੱਠਾ ਮਜ਼ਦੂਰ ਸਭਾ ਦੀ, ਉਹ ਪੂਰੀ ਨਹੀਂ ਹੋ ਸਕਦੀ, ਕਿਉਂਕਿ ਸਰਕਾਰੀ ਰੇਟ 500 ਰੁਪਏ ਪ੍ਰਤੀ ਹਜ਼ਾਰ ਹੈ, ਅਸੀਂ 641 ਰੁਪਏ ਪਹਿਲਾਂ ਹੀ ਦੇ ਰਹੇ ਹਾਂ, ਇਸ ਤੋਂ ਹੋਰ ਵਾਧਾ ਨਹੀਂ ਦੇ ਸਕਦੇ। ਇਸ ਤੋਂ ਹੋਰ ਵਾਧਾ ਦੇਵਾਂਗੇ ਤਾਂ ਸਾਡੀ ਟ੍ਰੇਡ ਜਿਹੜੀ ਹੈ ਬਾਕੀ ਪੰਜਾਬ ਦੀ ਟ੍ਰੇਡ ਨਾਲ ਮੁਕਾਬਲਾ ਨਹੀਂ ਕਰ ਸਕਦੀ। ਅਤੇ ਇਸ ਨੂੰ ਲੈ ਕੇ ਅੱਜ ਇੱਕ ਤਾਂ ਇਹਨਾਂ ਦੀ ਮੀਟਿੰਗ ਜਿਹੜੀ ਅਸਿਸਟੈਂਟ ਲੇਬਰ ਕਮਿਸ਼ਨਰ ਨਾਲ ਕਰਵਾ ਦਿੱਤੀ ਗਈ ਹੈ, ਸ਼ਾਮ ਨੂੰ ਇਹਨਾਂ ਨੂੰ ਬਹਿ ਕੇ ਟਰਾਈ ਕੀਤਾ ਜਾਵੇਗਾ, ਸੌਟ ਆਊਟ ਕੀਤਾ ਜਾਵੇ। ਪਲੱਸ ਇਹਨਾਂ ਦਾ ਇੱਕ ਐਲੀਗੇਸ਼ਨ ਸੀਗਾ ਕਿ ਕੁਛ ਲੋਕ ਆ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ, ਉੱਥੇ ਆ ਕੇ ਅਸੋਲਟ ਵੀ ਕਰਦੇ ਆ, ਕੁਛ ਇਹਨਾਂ ਦੀ ਗੱਡੀਆਂ ਗੁੱਡੀਆਂ ਪਿੱਛੇ ਦਿਨ ਭਣੀਆਂ ਗਈਆਂ ਸੀਗੀਆਂ, ਉਹ SSP ਸਾਹਿਬ ਨੂੰ ਕਾਲ ਕਰ ਦਿੱਤੀ ਗਈ ਹੈ, ਜਿਹੜਾ ਵਾਜਬ ਐਕਸ਼ਨ ਹੈਗਾ ਉਹ ਲਿਆ ਜਾਵੇ, ਪਲੱਸ ਇਹਨਾਂ ਨੂੰ ਜਿਹੜੀ ਵਾਜਬ ਪ੍ਰੋਟੈਕਸ਼ਨ ਹੈਗੀ ਅੰਡਰ ਦਾ ਲਾਅ ਉਹ ਦਿੱਤੀ ਜਾਵੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।